ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ, ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜਿਟ ਕਰ ਸਕਦੇ ਹੋ www.chicagopizzatwist.com ਤੇ 15% ਆਫ ਲੈਣ ਲਈ ਇਹਨਾਂ ਦਾ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਫੌਜਦਾਰੀ ਕੇਸ ਦਰਜ ਹੋਇਆ। ਦੇਖੋ ਜੀ, ਐਕਚੁਲੀ ਜਿਹੜਾ ਤੁਸੀਂ ਕਹਿ ਲਓ ਕਿ ਕੱਲ ਜੋ ਕੁਛ ਇੱਥੇ ਇਲੈਕਸ਼ਨਾਂ ਦੇ ਵਿੱਚ ਵੇਖਿਆ ਜਾਂ ਸੁਣਿਆ, ਉਹਦੇ ਵਿੱਚ ਬਹੁਤੀ ਕੋਈ ਹੈਰਾਨਗੀ ਨਹੀਂ ਹੋਈ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ, ਦਸਾਂ ਸਾਲਾਂ ਦੇ ਦੌਰਾਨ ਜੋ ਕੁਛ ਪੰਜਾਬ ਦੇ ਵਿੱਚ ਹੁੰਦਾ ਰਿਹਾ, ਲੱਭੈ ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ, ਗੁਰਬਾਣੀ ਕਹਿੰਦੀ ਹੈ। ਤਾਂ ਜਦੋਂ ਕਿੱਕਰਾਂ ਬੀਜੀਆਂ ਨੇ ਤੇ ਉਹਨੂੰ ਦਾਖ ਬਜੌਰੀਆਂ ਤਾਂ ਲੱਗਣੀਆਂ ਨਹੀਂ ਸੀ, ਜਿੰਨਾਂ ਚੀਜ਼ਾਂ ਨੂੰ ਹਵਾ ਦਿੱਤੀ ਉਹ ਚੀਜ਼ਾਂ ਸਿਰ ਚੜ ਕੇ ਬੋਲਣ ਲੱਗ ਗਈਆਂ ਜੀ। ਪਰ ਕਹਿੰਦੇ ਨੇ ਕਿ ਸਿਆਣਾ ਬੰਦਾ ਉਹ ਹੁੰਦਾ ਜਿਹੜਾ ਪਿਛਲੀਆਂ ਗਲਤੀਆਂ ਤੋਂ ਸਿੱਖ ਲੈਂਦਾ, ਤੇ ਜਦੋਂ ਗਲਤੇ ਹੋਣ ਉਹਨਾਂ ਤੋਂ ਕੋਈ ਸਿੱਖਣ ਦੀ ਕੋਸ਼ਿਸ਼ ਨਾ ਕਰੇ, ਉਹੀ ਵਰਤਾਰਾ ਜਿਹੜਾ ਜੀ ਉਹ ਵਰਤਾਵੇ, ਤੇ ਫਿਰ ਇਹੀ ਕੁਛ ਜਿਹੜਾ ਜੀ ਹੁੰਦਾ। ਇਹ ਇੱਕ ਸੀਸੀਟੀਵੀ ਕੈਮਰਾ ਜਿਹੜਾ ਲੱਗਿਆ ਸੀਗਾ, ਜਿਹਦੀ ਫੁਟੇਜ ਦੇ ਵਿੱਚ ਬਹੁਤਾ ਕੁਛ ਜਿਹੜਾ ਜੀ ਆ ਗਿਆ। ਮਾਮਲਾ ਕਿੱਲਿਆਂ ਵਾਲੀ ਮੰਡੀਆਂ, ਮੰਡੀ ਜਿਹੜੀ ਕਿੱਲਿਆਂ ਵਾਲੀ ਆ ਉੱਥੋਂ ਦਾ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੁਰੀ ਪਹੁੰਚੇ, ਆਪਣੀ ਗੱਡੀ ਚੋਂ ਉੱਤਰਦੇ ਦਿਖਾਈ ਦਿੰਦੇ ਆ, ਕੁਛ ਦਿਸ਼ਾ ਨਿਰਦੇਸ਼ ਦਿੰਦੇ ਦਿਖਾਈ ਦਿੰਦੇ ਆ, ਤੇ ਨਾਲ ਦੀ ਨਾਲ ਇੱਕ ਕਾਂਗਰਸੀ ਦੀ ਉੱਥੇ ਜਿਹੜੀ ਹੈ ਜੀ ਉਹ ਪਟਾਈ ਸ਼ੁਰੂ ਹੋ ਜਾਂਦੀ ਹੈ। ਉਹਨਾਂ ਦੇ ਸਾਹਮਣੇ ਖੜਿਆ ਹੋਇਆ, ਉਹ ਸਾਹਮਣੇ ਖੜੇ ਸਾਰਾ ਕੁਛ ਜਿਹੜਾ ਜੀ ਉਹ ਦੇਖ ਰਹੇ ਆ। ਇਹ ਕਾਂਗਰਸ ਦਾ ਉਮੀਦਵਾਰ ਦਾ ਸਮਰਥਕ ਰਜਿੰਦਰ ਸਿੰਘ ਸੀਗਾ, ਜਿਹਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਉਹ ਕੀਤੀ ਗਈ। ਲੰਬੀ ਦੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘ ਵਾਲਾ ਦੀ ਸ਼ਿਕਾਇਤ ਦੇ ਉੱਤੇ ਜਿਹੜੀਆਂ ਧਾਰਾਵਾਂ ਲਾਈਆਂ ਨੇ ਉਹਦੇ ਚ ਫੌਜਦਾਰੀ ਦੀਆਂ ਧਾਰਾਵਾਂ ਵੀ ਸ਼ਾਮਲ ਨੇ। 323, 341, 506, 148, 149 ਤੇ 427 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲਿਆਂ ਵਾਲੀ ਤੋਂ ਕਾਂਗਰਸੀ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਇਹ ਸਕਾ ਭਰਾ ਸੀਗਾ ਰਜਿੰਦਰ ਸਿੰਘ, ਜਿਹਦੀ ਕੁੱਟਮਾਰ ਕੀਤੀ ਗਈ ਆ। ਸ਼ਾਇਦ ਇਹ ਗੱਲ ਜਿਹੜੀ ਆਈ ਗਈ ਹੋ ਜਾਂਦੀ, ਪਰ ਹੋਈ ਆਈ ਗਈ ਇਸ ਕਰਕੇ ਨਹੀਂ ਕਿ ਇੱਥੇ ਜਿੱਥੇ ਕੁੱਟਮਾਰ ਹੋਈ ਉੱਥੇ ਗੁਰਜੰਟ ਸਿੰਘ ਬਰਾੜ ਦੀ ਕੋਠੀ ਆ, ਉਹਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਜਿਹੜਾ ਸੀਗਾ ਉਹਦੇ ਵਿੱਚ ਸਾਰੀ ਫੁਟੇਜ ਜਿਹੜੀ ਸੀ ਇਹ ਆ ਗਈ। ਇਹ ਇਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਕੁਛ ਅਣਪਛਾਤਿਆਂ ਦੇ ਉੱਤੇ ਫੌਜਦਾਰੀ ਦਾ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ। ਉੱਧਰ ਇੱਕ ਹੋਰ ਜਿਹੜੀ ਵੀਡੀਓ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਆ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਰੀ ਇੱਕ ਪੁਲਿਸ ਦੇ ਇੰਸਪੈਕਟਰ ਨੂੰ ਸ਼ਰੇਆਮ ਧਮਕਾਉਂਦੇ ਜਿਹੜੇ ਵੀ ਉਹ ਨਜ਼ਰ ਆ ਰਹੇ ਆ, ਔਰ ਉਹਦੇ ਤੋਂ ਗੇਟ ਖੁਲਵਾ ਕੇ, ਜਦੋਂ ਕਿ ਪੁਲਿਸ ਨੇ ਉਹ ਗੇਟ ਬੰਦ ਕਰਵਾਇਆ ਹੋਇਆ ਕਿ ਅੰਦਰ ਜਿਹੜਾ ਜੀ ਉਹਦੇ ਨਹੀਂ ਜਾਣਾ, ਕਿਉਂਕਿ ਉੱਥੇ ਬੂਥ ਕੈਪਚਰਿੰਗ ਹੋ ਗਈ ਸੀ, ਉਹਦੇ ਬਾਵਜੂਦ ਗੇਟ ਖੁਲਵਾ ਕੇ ਆਪਣੇ ਬੰਦੇ ਜਿਹੜਾ ਜੀ ਉਹ ਅੰਦਰ ਭੇਜਦੇ ਆ। ਇਹ ਅਜੇ ਇਸ ਮਾਮਲੇ ਵਿੱਚ ਤਾਂ ਕੁਛ ਜਿਹੜਾ ਜੀ ਉਹ ਨਹੀਂ ਹੋਇਆ, ਪਰ ਇੰਨਾ ਜ਼ਰੂਰ ਆ ਜੀ 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 ਦੇਖੋ ਗੁੰਡਾਗਰਦੀ ਵੀ ਰੱਜ ਕੇ ਹੋਈ ਆ, ਤੇ ਅੱਗੇ ਪੰਜਾਬ ਦੇ ਵਿੱਚ ਜੇ ਇਹੀ ਗੱਲ ਕਰੀਏ ਕਿ ਗੁੰਡਾਗਰਦੀ ਬੜੀ ਹੋਈ ਆ, ਹਿੰਸਕ ਵਾਰਦਾਤਾਂ ਹੋਈਆਂ ਆ, ਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋ ਗਏ। ਲੋਕ ਬਹੁਤ ਘੱਟ ਨਿਕਲੇ ਵੋਟਾਂ ਪਾਉਣ ਦੇ ਵਾਸਤੇ, ਕਿਤੇ ਨਾ ਕਿਤੇ ਆਪਾਂ ਗੱਲ ਵੀ ਕੀਤੀ ਸੀ ਤੁਹਾਡੇ ਸੋਮਵਾਰ ਮੇਰੇ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ, ਕਿ ਲੋਕ ਜਿਹੜੇ ਆ ਨਵੀਂ ਜਨਰੇਸ਼ਨ ਆ ਜਿਹੜੀ ਉਹ ਉਕਤਾ ਰਹੀ ਆ, ਯੂਨੀਵਰਸਿਟੀਜ਼ ਦੀਆਂ ਚੋਣਾਂ ਇੱਕ ਸੰਦੇਸ਼ ਆ ਉਹਦੇ ਵਾਸਤੇ, ਇਹ ਲੋਕ ਨਹੀਂ ਸਮਝਦੇ। ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਤੰਗ ਆ ਗਏ, ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਆਦਾ ਜਿਹੜਾ ਜੀ ਉਹ ਜ਼ਿਕਰ ਕਰਦੇ ਰਹੇ, ਔਰ ਇਹਨਾਂ ਲੋਕਾਂ ਨੇ ਜਿਹੜੇ ਸਿਆਸੀ ਲੋਕ ਸੀਗੇ ਇਹਨਾਂ ਨੇ ਜਿਹੜਾ ਜੀ ਵੋਟਾਂ ਵਧਾਉਣੀਆਂ ਕਿਵੇਂ ਨੇ ਇਸ ਪਾਸੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ, ਜਿਹਦੇ ਕਰਕੇ ਬਹੁਤ ਘੱਟ ਪੋਲਿੰਗ ਜਿਹੜੀ ਉਹ ਹੋਈ। ਔਰ ਇਸ ਤੋਂ ਇਲਾਵਾ ਜਿਹੜਾ ਜੀ ਹੋਇਆ ਕਿ ਥਾਂ ਥਾਂ ਦੇ ਉੱਤੇ ਕੋਈ ਏਰੀਆ ਜਿਹੜਾ ਜੀ ਏਦਾਂ ਦਾ ਨਹੀਂ ਰਿਹਾ ਜਿੱਥੇ ਕਿ ਗੜਬੜ ਜਿਹੜੀ ਉਹ ਨਾ ਹੋਈ ਹੋਵੇ। ਮੋਗੇ ਦੇ ਪਿੰਡ ਨਵੇਂ ਰੋਡੇ ਦੇ ਵਿੱਚ ਕੁਛ ਬਦਮਾਸ਼ੀਆਂ ਨੇ ਬੂਥ ਦੇ ਉੱਤੇ ਕਬਜ਼ਾ ਜਿਹੜਾ ਜੀ ਕਰ ਲਿਆ, ਇੱਥੇ ਚੋਣ ਜਿਹੜੀ ਉਹ ਰੱਦ ਹੋ ਗਈ।
ਲੰਬੀ ਢਾਬ ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਡਿਸਟ੍ਰਿਕਟ ਵਿੱਚ ਪੈਂਦਾ, ਉੱਥੇ ਪੋਲਿੰਗ ਏਜੰਟਾਂ ਦੇ ਉੱਤੇ ਹਮਲਾ ਕੀਤਾ ਗਿਆ, ਗੋਲੀਆਂ ਚੱਲੀਆਂ, ਕਾਰਾਂ ਦੀ ਭੰਨ ਤੋੜ ਕੀਤੀ ਗਈ, ਕਈ ਘੰਟੇ ਤੱਕ ਪੋਲਿੰਗ ਜਿਹੜੀ ਸੀ ਉਹ ਬੰਦ ਰਹੀ। ਮੁਕਤਸਰ ਡਿਸਟ੍ਰਿਕਟ ਦੇ 21 ਬੂਥ ਨੇ ਜਿਨ੍ਹਾਂ ਦੇ ਉੱਤੇ ਮੁੜ ਕੇ ਚੋਣ ਕਰਾਉਣ ਦੇ ਹੁਕਮ ਦਿੱਤੇ ਗਏ ਆ। ਆਪਣੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਮੁੰਡੇ ਜਿਹੜਾ ਮਨਜਿੰਦਰ ਸਿੰਘ ਬਿੱਟੂ, ਜਿਹੜਾ ਕਿ ਆਪ ਚੋਣ ਲੜ ਰਿਹਾ ਅਕਾਲੀ ਦਲ ਬਾਦਲ ਦੇ ਤਰਫੋਂ, ਉਹਦੀ ਹਮਾਇਤ ਦੇ ਵਿੱਚ ਆਏ ਕੁਝ ਬਦਮਾਸ਼ ਉਹਨਾਂ ਨੂੰ ਉਹਦੇ ਹੀ ਹੋਟਲ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਉਹਨਾਂ ਦੇ ਕੋਲੇ ਕੁਝ ਗੱਡੀਆਂ ਤੇ ਅਸਲਾ ਜਿਹੜਾ ਜੀ ਉਹ ਬਰਾਮਦ ਕੀਤਾ ਗਿਆ, ਭਾਵ ਕਿ ਉਹ ਅਸਲਾ ਕਾਬੇ ਨਹੀਂ ਲਿਆ ਕੇ ਉਹਨਾਂ ਨੇ ਰੱਖਿਆ ਸੀ। ਕਿਉਂ ਠਹਿਰਾਏ ਗਏ ਸੀ ਇਸ ਹੋਟਲ ਦੇ ਵਿੱਚ ਉਹ ਪਤਾ ਹੀ ਹੈ, ਕਾਰਨ ਕੀ ਹੋ ਸਕਦਾ। ਅੰਮ੍ਰਿਤਸਰ ਡਿਸਟ੍ਰਿਕਟ ਦਾ ਜਿਹੜਾ ਪੈਂਦੀ ਤਹਿਸੀਲ ਅਜਨਾਲਾ, ਉਹਦੇ ਵਿੱਚ ਜਿਹੜਾ ਜੀ 42 ਜਿਹੜੇ 42 ਨੰਬਰ ਜਿਹੜਾ ਜ਼ੋਨ ਹੈ ਉੱਥੇ ਚੋਣ ਮੁਲਤਵੀ ਕੀਤੀ ਗਈ ਹੈ। ਪਿੰਡ ਬੱਲੜਵਾੜ ਇੱਥੇ ਗੋਲੀਆਂ ਜਿਹੜੀਆਂ ਜੀ ਉਹ ਚੱਲੀਆਂ ਔਰ ਇੱਕ ਜਣਾ ਜਿਹੜਾ ਸੀਗਾ ਜੀ ਇਹਨਾਂ ਗੋਲੀਆਂ ਦੇ ਵਿੱਚ ਜ਼ਖਮੀ ਹੋ ਗਿਆ। ਲੰਬੀ ਦੇ ਹਲਕੇ ਦੇ ਵਿੱਚ ਥਾਂ ਥਾਂ ਦੇ ਉੱਤੇ ਬੂਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ। ਕੁੱਟਮਾਰ ਜਿਹੜੀ ਸੀ ਬੁਰੇ ਤਰੀਕੇ ਦੇ ਨਾਲ ਵੱਖ ਵੱਖ ਬੂਥਾਂ ਦੇ ਉੱਤੇ ਹੋਈ। ਪ੍ਰਕਾਸ਼ ਸਿੰਘ ਬਾਦਲ ਹੁਰੀ ਕਹਿੰਦੇ ਜੀ ਕਿ ਕਾਂਗਰਸ ਨੇ ਲੋਕਤੰਤਰ ਦਾ ਘਾਣ ਕੀਤਾ। ਲੋਕ ਤੇ ਪੁੱਛਦੇ ਆ ਤੁਸੀਂ 10 ਸਾਲ ਜਿਹੜਾ ਜੀ ਉਹ ਕੀ ਕਰਦੇ ਰਹੇ ਹੋ, ਜੋ ਕੁਛ ਤੁਸੀਂ ਪੈੜਾਂ ਪਾ ਕੇ ਗਏ ਉਹਨਾਂ ਪੈੜਾਂ ਦੇ ਉੱਤੇ ਦੋ ਪੈਰ ਹੋਰ ਨਾ ਤੁਰਨਾ ਸੀ ਕਾਂਗਰਸ ਨੇ ਤੇ ਉਹ ਤੁਰੀ। ਪਟਿਆਲੇ ਦੇ ਵਿੱਚ ਥਾਂ ਥਾਂ ਦੇ ਉੱਤੇ ਅਕਾਲੀ ਤੇ ਕਾਂਗਰਸੀ ਖੈਬੜੇ ਔਰ ਕੁੱਟਮਾਰ ਜਿਹੜੀ ਵੀ ਉਹ ਹੋਈ। ਬਿਜਲੀ ਮੰਤਰੀ ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨਾਂ ਦੇ ਹਲਕੇ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਹਵਾਈ ਫਾਇਰਿੰਗ ਜਿਹੜੀ ਹੋਈ, ਇੱਕ ਬੱਚੀ ਜਿਹੜੀ ਸੀ ਉਹ ਜ਼ਖਮੀ ਹੋ ਗਈ, ਅੱਧੀ ਦਰਜਨ ਜਿਹੜੇ ਆਗੂ ਸੀਗੇ ਉਹਨਾਂ ਦਾ ਕੁਟਾਪਾ ਹੋਇਆ, ਦੋ ਪਿੰਡਾਂ ਦੇ ਵਿੱਚ ਬੂਥਾਂ ਦੇ ਉੱਤੇ ਕਬਜ਼ੇ ਕੀਤੇ ਗਏ। ਸਭ ਤੋਂ ਵੱਧ ਕੁੱਟਮਾਰ ਬੂਥਾਂ ਤੇ ਕਬਜ਼ੇ ਲੋਕਾਂ ਨੂੰ ਅਕਲ ਸਿਖਾਉਣ ਵਾਲੇ ਸਿਕੰਦਰ ਸਿੰਘ ਮਲੂਕਾ ਹੋਈ ਕਹਿੰਦੇ ਜੀ ਲੋਕਤੰਤਰ ਦਾ ਘਾਣ ਹੋ ਗਿਆ ਤੇ ਉਹ ਸੜਕ ਦੇ ਉੱਤੇ ਜਿਹੜਾ ਸੀ ਉਹਨਾਂ ਨੇ ਮਜਮਾ ਲਾਉਣ ਦਾ ਜਿਹੜਾ ਸੀ ਉਹ ਯਤਨ ਕੀਤਾ। ਇਹੀ ਕੁਛ ਤਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਪਹਿਚਾਣ ਬਣੀ ਹੈ ਪਿਛਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ, ਜਿਹਨੂੰ ਹੁਣ ਉਹ ਜਿਹੜਾ ਜੀ ਧੱਕਾ ਦੱਸ ਰਹੇ ਆ। ਉੱਧਰ ਫਰੀਦਕੋਟ ਦੇ ਵਿੱਚ ਅੱਧੀ ਦਰਜਨ ਬੂਥਾਂ ਦੇ ਉੱਤੇ ਕਬਜ਼ੇ ਜਿਹੜੇ ਸੀਗੇ ਜੀ ਉਹ ਕੀਤੇ ਗਏ। ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਕੋਈ ਕਿਸੇ ਕਿਸਮ ਦੀ ਘਟਨਾ ਜਿਹੜੀ ਉਹ ਨਹੀਂ ਵਾਪਰੀ। ਗਿੱਦੜਬਾਹਾ ਹਲਕੇ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਝੜਪਾਂ ਹੋਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ ਔਰ ਕੁਛ ਵਿਅਕਤੀ ਇੱਥੇ ਵੀ ਜਿਹੜੇ ਜੀ ਉਹ ਜ਼ਖਮੀ ਹੋਏ ਨੇ। ਸੋ ਸਾਰੇ ਜਗ੍ਹਾ ਦੇ ਉੱਤੇ ਹੀ ਇਹ ਹਾਲਾਤ ਜਿਹੜੇ ਸੀਗੇ ਜੀ ਕੱਲ ਪਿੰਡਾਂ ਥਾਵਾਂ ਦੇ ਉੱਤੇ ਚੱਲਦੇ ਰਹੇ। ਹੁਣ ਜਦੋਂ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਆਈ ਆ, ਪਤਾ ਨੀ ਉਹਦੇ ਤੋਂ ਬਾਅਦ ਇਹ ਜਿਹੜੇ ਜੀ ਨੇਤਾ ਲੋਕ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਹ ਕੁਛ ਸਿੱਖਣਗੇ ਜਾਂ ਨਹੀਂ। ਲੋਕਾਂ ਦੀ ਜਿਹੜੀ ਭਰੋਸੇ ਯੋਗਤਾ ਜੀ ਉਹ ਬੜੀ ਤੇਜ਼ੀ ਦੇ ਨਾਲ ਸਿਆਸੀ ਪਾਰਟੀਆਂ ਤੋਂ ਮੁੱਕ ਰਹੀ ਹੈ। ਇਹ ਦੇਖੋ ਇਸ ਤਰ੍ਹਾਂ ਲੱਗਦਾ ਗੱਲਾਂ ਸੁਣ ਕੇ ਵੀਡੀਓਸ ਦੇਖ ਕੇ ਕਿ ਜਿੱਦਾਂ ਬਿਹਾਰ ਹੁੰਦਾ ਪੰਜਾਬ ਬਿਹਾਰ ਬਣ ਗਿਆ ਆ। ਤੇ ਅੱਗੇ ਟ੍ਰਿਪਲ ਤਲਾਕ ਦੀ ਗੱਲ ਕਰਦੇ ਹਾਂ, ਉਸ ਦੇ ਆਰਡੀਨੈਂਸ ਉੱਤੇ ਕੇਂਦਰ ਸਰਕਾਰ ਵੱਲੋਂ ਮੋਹਰ। ਜਿਹੜਾ ਇਹ ਐਕਚੁਲੀ ਇਹ ਸੀਗਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹ ਤੁਸੀਂ ਕਹਿ ਲਓ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਲਾਗੂ ਕਰਨਾ ਚਾਹੁੰਦੀ ਹੈ। ਹੁਣ ਉਹਦੇ ਕੋਲੇ ਰਾਜ ਸਭਾ ਦੇ ਵਿੱਚ ਤਾਂ ਉਹ ਜਿਹੜਾ ਜੀ ਹੈ ਨੀ ਗੇ, ਉਹਦੇ ਕੋਲੇ ਬਹੁਮਤ ਨਹੀਂ ਹੈਗਾ ਔਰ ਉਹ ਫਲਾਪ ਜਿਹੜਾ ਜੀ ਉੱਥੇ ਹੋ ਚੁੱਕੀ ਆ। ਹੁਣ ਸਮਾਂ ਨਹੀਂ ਰਿਹਾ ਉਹਨਾਂ ਕਿ ਜਿਹਦੇ ਨਾਲ ਕੋਈ ਸੈਸ਼ਨ ਜਿਹੜਾ ਜੀ ਆਵੇ ਤੇ ਉਹਦੇ ਵਿੱਚ ਟ੍ਰਿਪਲ ਤਲਾਕ ਦਾ ਬਿੱਲ ਲਿਆਂਦਾ ਜਾਵੇ, ਉਹਨੂੰ ਜਿਹੜਾ ਕਾਨੂੰਨ ਰੂਪ ਮਿਲ ਜਾਵੇ। ਤੇ ਹੁਣ ਕੀਤਾ ਕੀ, ਜਿਹੜੀ ਟੇਕ ਹੈ ਉਹ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੀਆਂ ਵੋਟਾਂ ਦੇ ਉੱਤੇ ਆ ਤੇ ਕੇਂਦਰੀ ਵਜ਼ਾਰਤ ਨੇ ਜਿਹੜਾ ਜੀ ਟ੍ਰਿਪਲ ਤਲਾਕ ਦੇ ਅਮਲ ਨੂੰ ਪਾਬੰਦੀ ਲਾਉਣ ਇਹਦੇ ਉੱਤੇ ਤੇ ਆਰਡੀਨੈਂਸ ਨੂੰ ਪ੍ਰਵਾਨਗੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਕਾਨੂੰਨ ਮੰਤਰੀ ਨੇ ਕਿਹਾ ਜੀ ਕਿ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ਤਲਾਕ ਏ ਬਿੱਦਤ ਤੇ ਮਾਮਲੇ ਲਗਾਤਾਰ ਜਾਰੀ ਆ, ਇਹਦੇ ਕਰਕੇ ਇਹ ਆਰਡੀਨੈਂਸ ਜਿਹੜਾ ਜੀ ਉਹ ਲਿਆਂਦਾ ਗਿਆ। ਪ੍ਰਸਤਾਵਿਤ ਆਰਡੀਨੈਂਸ ਤਹਿਤ ਫੌਰੀ 13 ਤਲਾਕ ਦੇਣਾ, ਟ੍ਰਿਪਲ ਤਲਾਕ ਦੇਣਾ ਗੈਰ ਕਾਨੂੰਨੀ ਹੋਊਗਾ। ਇਹ ਤਲਾਕ ਕਹਿਣ ਵਾਲੇ ਬੰਦੇ ਨੂੰ ਪਤੀ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਜਿਹੜੀ ਹੋ ਸਕਦੀ ਹੈ। ਇਸ ਕਾਨੂੰਨ ਦੀ ਦੁਰਵਰਤੋਂ ਦੇ ਖਦਸ਼ੇ ਜਿਹੜੇ ਵਿਰੋਧੀ ਧਿਰਾਂ ਪ੍ਰਗਟਾਉਂਦੀਆਂ ਸੀਗੀਆਂ ਉਹਨੂੰ ਦੇਖਦਿਆਂ ਹੋਇਆ ਸਰਕਾਰ ਨੇ ਕੁਛ ਹਿਫਾਜ਼ਤੀ ਕਦਮ ਉਠਾਉਣ ਦੀ ਗੱਲ ਵੀ ਆਖੀ ਆ, ਜਿਹਦੇ ਵਿੱਚ ਜਿਹੜਾ ਮੁਲਜ਼ਮ ਹੈ ਜੀ ਉਹਨੂੰ ਮੁਕੱਦਮੇ ਤੋਂ ਪਹਿਲਾਂ ਜ਼ਮਾਨਤ ਦੀ ਸ਼ਰਤ ਸ਼ਾਮਲ ਹੈ, ਅਗਾਊਂ ਜ਼ਮਾਨਤ ਜਿਹੜੀ ਐਂਟੀਸਪੇਟਰੀ ਆ ਉਹ ਲੈ ਸਕਦਾ। ਇਹਨਾਂ ਸੋਧਾਂ ਨੂੰ ਕੈਬਨਿਟ ਨੇ 29 ਅਗਸਤ ਨੂੰ ਪ੍ਰਵਾਨਗੀ ਜਿਹੜੀ ਆ ਜੀ ਉਹ ਦਿੱਤੀ ਸੀ।
ਕਾਂਗਰਸ ਦੇ ਉੱਤੇ ਹਮਲਾ ਕਰਦੇ ਉਹਨਾਂ ਨੇ ਇਹ ਗੱਲ ਕਹੀ ਕਾਨੂੰਨ ਮੰਤਰੀ ਨੇ ਕਿ ਉਹ ਵੋਟ ਬੈਂਕ ਦੇ ਦਬਾਅ ਹੇਠ ਰਾਜ ਸਭਾ 'ਚ ਬਿੱਲ ਪਾਸ ਕਰਨ ਨੂੰ ਹਮਾਇਤ ਨਹੀਂ ਦੇ ਰਹੀ। ਉਹਨਾਂ ਨੇ ਸੋਨੀਆ ਗਾਂਧੀ ਹੋਰਾਂ ਦੇ ਉੱਤੇ ਵੀ ਗੰਭੀਰ ਇਲਜ਼ਾਮ ਜਿਹੜੇ ਸੀਗੇ ਵੀ ਉਹ ਲਾਏ। ਦੂਜੇ ਪਾਸੇ ਕੁਛ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਰਕਾਰ ਦੇ ਵੱਲੋਂ ਫੌਰੀ ਟ੍ਰਿਪਲ ਤਲਾਕ ਨੂੰ ਫੌਜਦਾਰੀ ਜੁਰਮ ਕਰਾਰ ਦੇਣ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਜਿਹੜਾ ਜੀ ਉਹ ਦੱਸਿਆ। ਇਹਨਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਮੁਸਲਿਮ ਮਹਿਲਾਵਾਂ ਤੇ ਪੈਣ ਵਾਲੇ ਅਸਰ ਨੂੰ ਧਿਆਨ 'ਚ ਰੱਖੇ ਤੋਂ ਬਿਨਾਂ ਇਹ ਆਰਡੀਨੈਂਸ ਲਿਆਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਹੈ। ਆਲ ਇੰਡੀਆ ਪ੍ਰੋਗਰੈਸਿਵ ਵਿਮੈਨਸ ਐਸੋਸੀਏਸ਼ਨ ਨੇ ਸਵਾਲ ਇਹ ਕੀਤਾ ਕਿ ਸਿਰਫ ਮੁਸਲਿਮ ਮਰਦਾਂ ਨੂੰ ਸਜ਼ਾ ਕਿਉਂ ਹੋਵੇ, ਹਿੰਦੂ ਭਾਈਚਾਰੇ ਦੇ ਵੱਲੋਂ ਜਿਹੜਾ ਤਲਾਕ ਲਏ ਜਾਣ ਤੇ ਸਜ਼ਾ ਦਾ ਜਿਹੜਾ ਜੀ ਇਹਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈ। ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਵਿਮੈਨਸ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਆ ਜੀ ਪ੍ਰਗਟਾਏ। ਉਹਨਾਂ ਦਾ ਕਹਿਣਾ ਕਿ ਇੱਕ ਭਾਈਚਾਰੇ ਨੂੰ ਸਾਹਮਣੇ ਜਿਹੜਾ ਜੀ ਉਹ ਰੱਖ ਕੇ ਇਹ ਸਿਰਫ ਵੋਟਾਂ ਦੀ ਖਾਤਰ ਹੀ ਸਾਰਾ ਕੁਛ ਜਿਹੜਾ ਜੀ ਉਹ ਜੀ ਇੰਨਾ ਤਾਂ ਇਹਨਾਂ ਨੇ ਕਰਨਾ ਹੀ ਸੀਗਾ ਜੀ। ਅੱਗੇ ਤਾਂ ਇੱਕ ਪੁਲਿਸ ਵਾਲੇ ਅਦਾਲਤ ਵਿੱਚ ਗਏ ਸੀਗੇ, ਉਹਨਾਂ ਦੀ ਕੀ ਅਪਡੇਟ ਹੈ, ਉਹਨਾਂ ਦੀ ਸੁਣਵਾਈ ਵੀ ਅੱਜ? ਇਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ ਉਹਦੀ ਕਿਰਕਰੀ ਹੋ ਰਹੀ ਹੈ ਜੀ ਪੂਰੀ, ਕਿਉਂਕਿ ਐਡਵੋਕੇਟ ਜਨਰਲ ਜਿਹੜੇ ਆ ਉਹਨਾਂ ਨੇ ਘਿਸਲ ਵੱਟੀ ਇਸ ਮਾਮਲੇ ਦੇ ਉੱਤੇ। ਉਹ ਅਦਾਲਤ ਦੇ ਵਿੱਚ ਨਹੀਂ ਗਏ ਜਦੋਂ ਜਿਹੜੀ ਐਕਸ਼ਨ ਟੇਕਨ ਰਿਪੋਰਟ ਸੀ ਉਹਦੇ ਵਿੱਚ ਨਾ ਆਉਣ ਤੋਂ ਬਾਅਦ ਸਰਕਾਰ ਨੇ ਪਰਚਾ ਜਿਹੜਾ ਜੀ 307 ਦਾ ਦਰਜ ਕਰ ਲਿਆ ਸੀਗਾ। ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ, ਰਘਵੀਰ ਸਿੰਘ ਸੰਧੂ, ਉਦੋਂ ਦੇ ਐਸ ਐਚ ਓ ਬਾਜਾ ਖਾਨਾ ਅਮਰਜੀਤ ਸਿੰਘ, ਉਹਨੇ ਆਪਣੀ ਪਟੀਸ਼ਨ ਜਿਹੜੀ ਆ ਜੀ ਉਹ ਦਾਇਰ ਕਰਤੀ ਸੀ ਔਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਹਫ਼ਤਾ ਤਕਰੀਬਨ ਇਹਦੇ ਉੱਤੇ ਸਟੇ ਲਾਤੀ ਸੀ। ਅੱਜ 20 ਤਰੀਕ ਆਇਆ ਤੇ ਸਾਡੇ ਔਰ ਅੱਜ ਇਹਦੇ ਉੱਤੇ ਅਹਿਮ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਊਗੀ। ਸਰਕਾਰ ਜਿਹੜੀ ਆ ਜੀ ਉਹ ਵੀ ਚਲੇਗੀ ਆ ਜੀ ਅਦਾਲਤ ਦੇ ਵਿੱਚ ਕਿਰਕਰੀ ਹੋਣ ਤੋਂ ਬਾਅਦ, ਔਰ ਸਰਕਾਰ ਨੇ ਇਹਨਾਂ ਦੇ ਵਾਸਤੇ ਜਿਹੜਾ ਐਸ ਐਸ ਇੱਕ ਐਸ ਪੀ ਐਸ ਐਸ ਪੀ ਤੇ ਐਸ ਐਚ ਓ ਦੇ ਖਿਲਾਫ਼ ਅਗਲੀ ਕਾਰਵਾਈ ਤੇ ਰੋਕ ਲਾਉਣ ਦੇ ਹੁਕਮਾਂ ਤੋਂ ਇੱਕ ਹਫ਼ਤੇ ਬਾਅਦ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰ ਦਿੱਤਾ ਔਰ ਅਦਾਲਤ ਨੂੰ ਆਪਣੇ ਪਿਛਲੇ ਹੁਕਮ ਜਿਹੜਾ ਉਹ ਵਾਪਸ ਲਏ ਜਾਣ ਦੀ ਬੇਨਤੀ ਕੀਤੀ ਗਈ ਆ। ਪੰਜਾਬ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਜੀ ਕਿ ਜਿਹੜਾ ਪਿਛਲਾ ਉਹਨਾਂ ਦਾ ਫੈਸਲਾ ਸੀ ਉਹਦੇ ਨਾਲ ਬਹੁਤ ਵੱਡੀਆਂ ਦਿੱਕਤਾਂ ਪੈਦਾ ਹੋ ਸਕਦੀਆਂ ਨੇ ਔਰ ਇਹ ਪਟੀਸ਼ਨਰਾਂ ਦੇ ਖਿਲਾਫ਼ ਕਿਸੇ ਵੀ ਕਿਸਮ ਦੀ ਅਗਲੀ ਕਾਰਵਾਈ ਤੇ ਮੁਕੰਮਲ ਰੋਕ ਦੇ ਤੁਲ ਹੈ। ਜਿਹੜੇ ਪਟੀਸ਼ਨਰ ਸੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਪਹਿਲੇ ਜਸਟਿਸ ਜੋਰਾ ਸਿੰਘ ਕਮਿਸ਼ਨ ਤੋਂ ਬਾਅਦ ਦੂਜਾ ਕਮਿਸ਼ਨ ਕਾਇਮ ਨਹੀਂ ਕੀਤਾ ਜਾ ਸਕਦਾ, ਜਿਹਦੇ ਕਰਕੇ ਜਸਟਿਸ ਚਰਨਜੀਤ ਸਿੰਘ ਹੋਰਾਂ ਦਾ ਜਿਹੜਾ ਕਮਿਸ਼ਨ ਸੀਗਾ ਉਹਨੇ ਆਪਣੇ ਅਧਿਕਾਰ ਖੇਤਰ ਉਲੰਘੇ ਆ। ਇਹਨਾਂ ਨੁਕਤਾਂ ਦੇ ਜਿਹੜਾ ਜਵਾਬ ਸਰਕਾਰ ਨੇ ਦਿੱਤਾ ਔਰ ਦਾਅਵਾ ਕੀਤਾ ਕਿ ਇੱਕ ਤੋਂ ਬਾਅਦ ਦੂਜਾ ਕਮਿਸ਼ਨ ਕਾਇਮ ਕਰਨ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਔਰ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਇੱਕੋ ਵੇਲੇ ਦੋ ਇਸ ਤਰ੍ਹਾਂ ਦੇ ਕਮਿਸ਼ਨ ਜਿਹੜੇ ਆ ਉਹਨਾਂ ਦੇ ਕੰਮ ਕਰਨ ਦੇ ਉੱਤੇ ਵੀ ਕੋਈ ਪਾਬੰਦੀ ਨਹੀਂ ਹੈ, ਬਸ਼ਰਤੇ ਇਸ ਸੰਬੰਧੀ ਢੁਕਵੀਂ ਪ੍ਰਵਾਨਗੀ ਜਿਹੜੀ ਆ ਜੀ ਉਹ ਹਾਸਲ ਹੋਵੇ। ਸਰਕਾਰ ਨੇ ਇਹ ਵੀ ਜਿਹੜੀ ਗੱਲ ਕਹੀ ਹੈ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਨਹੀਂ ਕੀਤੀ ਗਈ ਸੀ, ਇਸ ਕਰਕੇ ਨਵਾਂ ਜਾਂਚ ਕਮਿਸ਼ਨ ਕਾਇਮ ਕੀਤਾ ਗਿਆ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਦਾਇਰਾ ਪਹਿਲੇ ਕਮਿਸ਼ਨ ਦੇ ਨਾਲੋਂ ਕਾਫੀ ਵੱਡਾ ਸੀਗਾ ਕਿਉਂਕਿ ਇਹਦੇ ਵਿੱਚ ਜਿਹੜੇ ਬਾਕੀ ਧਾਰਮਿਕ ਗ੍ਰੰਥ ਨੇ ਜਿਹਦੇ ਵਿੱਚ ਸ੍ਰੀਮਦ ਭਗਵਤ ਗੀਤਾ ਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸ਼ਾਮਲ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀ ਔਰ ਸਰਕਾਰ ਨੇ ਇਹ ਵੀ ਤਰਕ ਦਿੱਤਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਕਾਰਜਕਾਲ ਰਿਪੋਰਟ ਦਾਖਲ ਕਰਾਉਣ ਦੇ ਨਾਲ ਆਪਣੇ ਆਪ ਹੀ ਪੂਰਾ ਹੋ ਗਿਆ ਤੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹਦੀ ਕੋਈ ਹੋਂਦ ਬਾਕੀ ਨਹੀਂ ਸੀ ਰਹਿ ਗਈ। ਅੱਜ ਜਿਹੜੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਇਹਦੇ ਉੱਤੇ ਆਪਣੀ ਸੁਣਵਾਈ ਜਿਹੜੀ ਉਹ ਕਰੂਗੀ ਔਰ ਇਹ ਬੜਾ ਅਹਿਮ ਜਿਹੜਾ ਜੀ ਉਹ ਕੇਸ ਹੈ ਕਿ ਅੱਜ ਜਿਹੜਾ ਜੀ ਇਹ ਪਤਾ ਲੱਗੂਗਾ ਕਿ ਇਹ ਮਾਮਲਾ ਜਿਹੜਾ ਖਾਸ ਤੌਰ ਦੇ ਉੱਤੇ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਜੀ ਉਹ ਅਗਾਂਹ ਤੁਰਦੀ ਹੈ ਜਾਂ ਨਹੀਂ ਜੀ। ਤੇ ਅੱਗੇ ਪੰਜਾਬ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਦੋ ਧੜਿਆਂ 'ਚ ਜੰਮ ਕੇ ਲੜਾਈ ਹੋਈ। ਬਿਲਕੁਲ ਜੀ, ਐਕਚੁਅਲੀ ਇੱਕ ਲੜਾਈ ਤਾਂ ਜਿਹੜੀ ਉਹ ਜੇ ਐਨ ਯੂ ਦੇ ਵਿੱਚ ਹੋਈ, ਏ ਬੀ ਪੀ ਵੀ ਪੀ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਜਿਹੜੀ ਅਜੀ ਕੀਤੀ ਆ ਔਰ ਹੁਣ ਇੱਥੇ ਜਿਹੜਾ ਜੀ ਦੋ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਗੁੱਟਾਂ ਦੇ ਦਰਮਿਆਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਆ ਉਹ ਕਾਫੀ ਲੜਾਈ ਹੋਈ। ਅੱਜ ਤੇ ਭਲਕੇ ਯੂਨੀਵਰਸਿਟੀ ਜਿਹੜੀ ਆ ਜੀ ਉਹ ਬੰਦ ਰੱਖੀ ਜਾਊਗੀ ਇੱਥੇ ਕਿਉਂਕਿ ਸਥਿਤੀ ਬੜੀ ਤਣਾਅਪੂਰਨ ਜਿਹੜੀ ਆ ਉਹ ਬਣੀ ਹੋਈ ਆ। ਯੂਨੀਵਰਸਿਟੀ ਦੇ ਵਿੱਚ ਜਿਹੜਾ ਜੀ ਅਮਨ ਸ਼ਾਂਤੀ ਬਣੀ ਰਹੇ ਜਿਹਦੇ ਕਰਕੇ ਇਹ ਸਟੈਪ ਜਿਹੜਾ ਜੀ ਉਹ ਚੁੱਕਿਆ ਗਿਆ। ਵਾਈਸ ਚਾਂਸਲਰ ਦੇ ਦਫ਼ਤਰ ਦੇ ਅੱਗੇ ਧਰਨਾ ਜਾਰੀ ਰੱਖਣ ਦੇ ਜਿਹੜਾ ਜੀ ਫੈਸਲਾ ਲਏ ਜਾਣ ਤੋਂ ਬਾਅਦ ਹਾਲਾਤ ਜਿਹੜੇ ਜੀ ਉਹ ਤਣਾਅ ਵਾਲੇ ਬਣੇ ਹੋਏ ਆ। ਜਿਹੜੀ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ ਹੈ ਡੀ ਐਸ ਓ ਉਹਨੇ ਵੀ ਸੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਸੀ ਕਿ ਕੁੜੀਆਂ ਦੇ ਹੋਸਟਲ 'ਚ ਆਉਣ ਜਾਣ ਦੇ ਲਈ
ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਉੱਤੇ ਸਮੇਂ ਦੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ। ਔਰ ਦਿਨ ਵੇਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਧਿਰਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਗੱਲ ਤਾਂ ਜਿਹੜੀ ਦੀ ਉਹ ਕਹੀ ਸੀਗੀ, ਇੱਕ ਕਮੇਟੀ ਵੀ ਬਣਾਈ ਸੀ, ਪਰ ਵਿਦਿਆਰਥੀ ਦਿਨ ਰਾਤ ਦੇ ਧਰਨੇ ਦੇ ਵਾਸਤੇ ਬਜਿੱਦ ਰਹੇ ਤੇ ਦੇਰ ਰਾਤ ਉਹਨਾਂ ਕੈਂਪਸ ਦੇ ਵਿੱਚ ਰੋਸ ਮੁਜ਼ਾਹਰਾ ਜਿਹੜਾ ਸੀ ਉਹ ਆਰੰਭ ਕਰਤਾ। ਇਹਦੇ ਦੌਰਾਨ DSO ਦੀ ਜਿਹੜੀ ਦੂਜੀ ਵਿਦਿਆਰਥੀ ਧਿਰ ਹੈ ਸੈਪ ਭਲਵਾਨ ਗਰੁੱਪ, ਉਹਦੇ ਜਿਹੜੇ ਦੋ ਕਾਰਕੁਨ ਸੀ ਉਹਨਾਂ ਦੇ ਨਾਲ ਬਹਿਸ ਤੋਂ ਮਗਰੋਂ ਲੜਾਈ ਜਿਹੜੀ ਹੋ ਗਈ ਔਰ ਸੈਪ ਦੇ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਕੁੱਟਮਾਰ ਕੀਤੀ ਗਈ। ਔਰ ਕੁੱਟਮਾਰ ਤੋਂ ਬਾਅਦ ਜਿਹੜੇ ਸੀਗੇ ਜੀ ਅੱਧੀ ਰਾਤ ਦੇ ਵੇਲੇ ਸੈਪ ਗਰੁੱਪ ਦੇ ਜਿਹੜੇ ਬਾਕੀ ਬੰਦੇ ਸੀਗੇ ਜੀ 3-4 ਦਰਜਨ ਦੇ ਕਰੀਬ ਉਹ ਧਰਨਾਕਾਰੀਆਂ ਦੇ ਕੋਲੇ ਆ ਗਏ। ਉਹਨਾਂ ਨੇ ਕੁੜੀਆਂ ਸਣੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ। DSO ਧਿਰ ਦਾ ਕਹਿਣਾ ਕਿ ਸੈਪ ਗਰੁੱਪ ਦੇ ਜਿਹੜੇ ਵਿਦਿਆਰਥੀ ਨੇ ਉਹ ਹਾਥੀਆਂ ਡਾਂਗਾਂ ਤੇ ਬੇਸਬਾਲ ਦੇ ਡੰਡਿਆਂ ਦੇ ਨਾਲ ਜਿਹੜਾ ਜੀ ਉਹ ਲੈਸ ਸੀਗੇ। ਦੋਵੇਂ ਧਿਰਾਂ 'ਚ ਡਾਂਗਾਂ ਤੇ ਵੱਟਿਆਂ ਦੀ ਖੁੱਲ੍ਹ ਕੇ ਵਰਤੋਂ ਜਿਹੜੀ ਸੀ ਉਹ ਹੋਈ ਦੱਸੀ ਜਾਂਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨੇ ਕਿਤੇ ਨਾ ਕਿਤੇ ਜਿਹੜੀ ਦੂਜੀ ਧਿਰ ਸੀਗੀ ਉਹਨੂੰ ਥੋੜੀ ਚੁੱਕ ਦਿੱਤੀ, ਜਿਹਦੇ ਕਰਕੇ ਜਿਹੜਾ ਜੀ ਉਹਨਾਂ ਨੇ ਹਿੰਸਕ ਜਿਹੜੀਆਂ ਸੀਗੀਆਂ ਜੀ ਉਹ ਗਤੀਵਿਧੀਆਂ ਉੱਥੇ ਕਰਤੀਆਂ, ਜਿਹਦੇ ਤੋਂ ਇਹ ਸਾਰਾ ਮਾਹੌਲ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੱਲ੍ਹ ਦਾ ਖਰਾਬ ਹੋਇਆ ਪਿਆ ਔਰ 2 ਦਿਨ ਜਿਹੜਾ ਜੀ ਇਹ ਬੰਦ ਯੂਨੀਵਰਸਿਟੀ ਰੱਖਣ ਦੇ ਹੁਕਮ ਦਿੱਤੇ ਗਏ ਆ। ਇਹ ਤਾਂ ਪੰਜਾਬ ਦੇ ਵਿੱਚ ਸੇਫ ਕੀ ਆ, ਯੂਨੀਵਰਸਿਟੀਆਂ ਚ ਲੜਾਈ ਆ, ਸਿਆਸੀ ਪਾਰਟੀਆਂ ਦੇ ਵਿੱਚ ਲੜਾਈ ਆ, ਲੜਾਈ ਲੜਾਈ ਆ, ਪੰਚਾਇਤਾਂ 'ਚ ਲੜਾਈ ਆ, ਅਤੇ ਸਾਰਾ ਪੰਜਾਬ ਹੀ ਖੂਨੋ ਖੂਨ ਹੋਇਆ ਪਿਆ ਆ। ਅਤੇ ਅੱਗੇ ਡੇਰਾ ਪ੍ਰੇਮੀਆਂ ਦੀ ਜੇ ਗੱਲ ਕਰੀਏ ਉਹ ਕਹਿੰਦੇ ਸਿਆਸੀ ਆਗੂਆਂ ਦੇ ਤੋਂ ਦੂਰ ਹੀ ਰਹੇ ਆ, ਉਹਨਾਂ ਦੀਆਂ ਗੱਡੀਆਂ ਤੋਂ ਦੂਰ ਰਹੇ, ਕਾਫਲਿਆਂ ਵਿੱਚ ਨਹੀਂ ਆਏ। ਬਦਲੇ ਹੋਏ ਹਾਲਾਤ ਨੇ ਜੀ, ਬਦਲੇ ਹੋਏ ਹਾਲਾਤਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਡੇਰਾ ਪ੍ਰੇਮੀ ਜਿਹੜੇ ਸੀਗੇ ਜੀ ਉਹਨਾਂ ਨੂੰ ਸੁਨੇਹੇ ਲੱਗੇ ਸੋਸ਼ਲ ਮੀਡੀਆ ਦੇ ਰਾਹੀਂ, ਜਿਹੜੇ ਇਹਨਾਂ ਦੇ ਵਟਸਐਪ ਗਰੁੱਪ ਵਗੈਰਾ ਬਣੇ ਹੋਏ ਆ ਉਹਨਾਂ ਦੇ ਰਾਹੀਂ ਜਿਹੜੇ ਸੀਗੇ ਜੀ ਇਹ ਸੁਨੇਹੇ ਲੱਗੇ ਔਰ ਇਹਨਾਂ ਸੁਨੇਹਿਆਂ ਦੇ ਵਿੱਚ ਜਿਹੜੀ ਸੀ ਇਹ ਗੱਲ ਆਖੀ ਗਈ ਕਿ ਉਹ ਸਿਆਸੀ ਜਿਹੜੇ ਲੋਕ ਨੇ, ਸਿਆਸੀ ਪਾਰਟੀਆਂ ਨੇ ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਉਣ ਔਰ ਇਹ ਵੀ ਜਿਹੜੀ ਗੱਲ ਕਹੀ ਗਈ ਕਿ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਚੜ੍ਹ ਕੇ ਵੋਟਾਂ ਪਾਉਣ ਦੇ ਵਾਸਤੇ ਨਾ ਜਾਣ। ਇਹ ਜਿਹੜੇ ਵਟਸਐਪ ਦੇ ਇਹਨਾਂ ਦੇ ਗਰੁੱਪ ਬਣੇ ਹੋਏ ਆ ਉਹਨਾਂ ਦੇ ਵਿੱਚ ਅਜਿਹੇ ਸੁਨੇਹੇ ਜਿਹੜੇ ਸੀ ਉਹ ਲਾਏ ਗਏ ਔਰ ਇਹਨਾਂ ਜਿਹੜੇ ਡੇਰਾ ਪ੍ਰੇਮੀ ਸੀ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਪੰਚਕੂਲਾ ਦੇ ਵਿੱਚ ਡੁੱਲੇ ਖੂਨ ਨੂੰ ਉਹ ਭੁੱਲਣ ਨਾ ਕਿ ਜੋ ਕੁਛ ਉੱਥੇ ਜਿਹੜਾ ਹੋਇਆ ਸੀਗਾ। ਇਸ ਕਰਕੇ ਜਿਹੜੇ ਸਿਆਸੀ ਪਾਰਟੀਆਂ ਵਾਲੇ ਨੇ, ਵੱਖ ਵੱਖ ਸਿਆਸੀ ਪਾਰਟੀਆਂ ਵਾਲੇ ਨੇ, ਉਹਨਾਂ ਨੇ ਜਿੱਥੇ ਜਿੱਥੇ ਇਹਨਾਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦੀ ਬਹੁਤਾਤ ਹੈ ਉੱਥੇ ਆਪਣੀਆਂ ਗੱਡੀਆਂ ਭੇਜੀਆਂ ਤਾਂ ਕਿ ਇਹਨਾਂ ਨੂੰ ਜਿਹੜਾ ਉਹ ਗੱਡੀਆਂ ਦੇ ਰਾਹੀਂ ਧੋਇਆ ਜਾ ਸਕੇ ਪੋਲਿੰਗ ਬੂਥਾਂ ਤੱਕ। ਪਰ ਇਹ ਤੁਸੀਂ ਇਹ ਕਹਿ ਲਓ ਕਿ ਬਹੁਤ ਸਾਰੇ ਸਾਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਇਹਨਾਂ ਲੋਕਲ ਚੋਣਾਂ ਦੇ ਵਾਸਤੇ ਜਿਹੜਾ ਸੀਗਾ ਜੀ ਪਹਿਲੀ ਵਾਰ ਇਹ ਹੋਇਆ ਕਿ ਇਹ ਜਿਹੜੇ ਲੋਕ ਸੀਗੇ ਉਹ ਗੱਡੀਆਂ ਦੇ ਵਿੱਚ ਚੜ੍ਹੇ ਨਹੀਂ ਔਰ ਪੰਜਾਬ ਦੇ ਵਿੱਚ ਜਿਹੜੀ ਵੋਟਾਂ ਦੀ ਘੱਟ ਗਿਣਤੀ ਹੈ ਉਹ ਹੋਣ ਦੇ ਇੱਕ ਕਾਰਨ ਜਿਹੜਾ ਜੀ ਇਹ ਰਿਹਾ ਕਿ ਬਹੁਤੇ ਜਿਹੜੇ ਡੇਰਾ ਪ੍ਰੇਮੀ ਸੀਗੇ ਉਹ ਨਿਕਲੇ ਨਹੀਂ ਆਪਣੇ ਘਰਾਂ ਦੇ ਵਿੱਚੋਂ, ਬਹੁਤ ਥੋੜੇ ਨਿਕਲੇ। ਜਿੰਨੇ ਨਿਕਲੇ ਇਹ ਪਹਿਲਾਂ ਅੱਗੇ ਕੀ ਕਰਦੇ ਹੁੰਦੇ ਜੀ ਕਾਫਲਿਆਂ ਦੇ ਰੂਪ ਦੇ ਵਿੱਚ ਜਾਂਦੇ ਨੇ ਕਿਤੇ, ਕਿਉਂਕਿ ਉੱਤੋਂ ਹਦਾਇਤਾਂ ਹੁੰਦੀਆਂ ਸੀਗੀਆਂ। ਜਦੋਂ ਕਾਫਲਿਆਂ ਦੇ ਰੂਪ ਦੇ ਵਿੱਚ ਜਾਂਦੇ ਨੇ ਤਾਂ ਅਕਸਰ ਜਿਹੜੇ ਸਿਆਸੀ ਪਾਰਟੀਆਂ ਵਾਲੇ ਆ ਫਿਰ ਉਹ ਗਿਣ ਲੈਂਦੇ ਜਿਹਨਾਂ ਦੀ ਗਿੱਟ ਮਿੱਟ ਹੋਈ ਹੁੰਦੀ ਆ, ਜਿਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਿ ਆਹ ਕਾਫਲਾ ਨਿਕਲਿਆ ਹੁਣ ਬਾਹਰ ਤੇ ਇਹ ਫਲਾਨੀ ਪਾਰਟੀ ਨੂੰ ਜਿਹੜਾ ਜੀ ਉਹ ਭੁਗਤੂਗਾ। ਐਤਕੀ ਇਹ ਕਾਫਲਿਆਂ ਦੇ ਰੂਪ ਦੇ ਵਿੱਚ ਨਹੀਂ ਜਿਹੜਾ ਜੀ ਉਹ ਨਿਕਲੇ ਔਰ ਦੂਸਰਾ ਜਿਹੜਾ ਜੀ ਇਹ ਰਿਹਾ ਕਿ ਗੱਡੀਆਂ ਦੇ ਵਿੱਚ ਨਹੀਂ ਗਏ, ਇਹ ਆਪੋ ਆਪਣੇ ਤੌਰ ਦੇ ਉੱਤੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਸੀਗੇ ਉਹ ਗਏ ਔਰ ਵੋਟਾਂ ਪਾਈਆਂ, ਪਰ ਵੋਟਾਂ ਦੇ ਵਾਸਤੇ ਸਾਰੇ ਨਹੀਂ ਨਿਕਲੇ, ਬਹੁਤ ਥੋੜੇ ਜਿਹੜੇ ਸੀ ਉਹ ਨਿਕਲੇ। ਬੇਅਦਬੀ ਵਾਲੇ ਜਿਹੜੇ ਕੇਸਾਂ ਦੇ ਪਿੰਡਾਂ ਦੇ ਵਿੱਚ ਵੋਟਿੰਗ ਦੀ ਜਿਹੜੀ ਦਰ ਸੀ ਬਹੁਤ ਥੋੜੀ ਰਹੀ। ਬਰਗਾੜੀ ਦੇ ਵਿੱਚ ਪੋਲਿੰਗ ਦਰ ਜਿਹੜੀ ਸੀਗੀ ਜੀ ਉਹ 70% ਰਹੀ, ਬੁਰਜ ਜਵਾਹਰ ਸਿੰਘ ਵਾਲਾ 69% ਪੋਲਿੰਗ ਦਰ ਜਿਹੜੀ ਉਹ ਰਹੀ। ਗੋਲੀ ਕਾਂਡ ਦੇ ਵਿੱਚ 2 ਨੌਜਵਾਨ ਗਵਾਉਣ ਵਾਲੇ ਬਹਿਬਲ ਕਲਾਂ ਦੇ ਵਿੱਚ ਵੋਟਿੰਗ ਦਰ ਸਿਰਫ 63% ਜਿਹੜੀ ਸੀ ਉਹ ਰਹੀ। ਲੋਕਲ ਜਿਹੜੀਆਂ ਚੋਣਾਂ ਹੁੰਦੀਆਂ ਨੇ ਚਾਹੇ ਉਹ ਇਹ ਪੰਚਾਇਤ ਸਮਿਤੀ ਦੀਆਂ ਨੇ ਜੀ, ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਜਾਂ ਪੰਚਾਇਤਾਂ ਵਾਲੀਆਂ ਹੋਣ, ਇਹਨਾਂ ਦੇ ਵਿੱਚ ਜਿਹੜੀ ਪੋਲ ਪਰਸੈਂਟੇਜ ਹੈ ਜੀ ਉਹ 80% ਨੂੰ ਕ੍ਰੋਸ ਕਰਦੀ ਹੈ। ਪਰ ਇਸ ਵਾਰੀ ਜਿਹੜੀ ਸੀ ਇਹ ਵੋਟ ਪਰਸੈਂਟੇਜ ਘੱਟ ਰਹੀ। ਡੇਰਾ ਪ੍ਰੇਮੀਆਂ ਦੇ ਕਿਹਨੂੰ ਕਿਹੜੀ ਸਿਆਸੀ ਪਾਰਟੀ ਨੂੰ ਵੋਟਾਂ ਪਾਈਆਂ
ਇਹ ਮੇਰਾ ਖਿਆਲ ਆਉਂਦੇ ਦਿਨ ਜਦੋਂ 22 ਤਰੀਕ ਨੂੰ ਨਤੀਜੇ ਆਉਣਗੇ ਉਦੋਂ ਜਿਹੜਾ ਜੀ ਪਤਾ ਲੱਗੂਗਾ। ਪਰ ਇਹਨਾਂ ਜ਼ਰੂਰ ਆ ਘੱਟ ਵੋਟ ਪਰਸੈਂਟੇਜ ਜਿਹੜੀ ਆ ਜੀ ਉਹਨੇ ਸਿਆਸੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਤਾਂ ਜ਼ਰੂਰ ਕਰਤਾ, ਪਤਾ ਨਹੀਂ ਉਹ ਸੋਚਦੇ ਨੇ ਜਾਂ ਨਹੀਂ, ਪਰ ਇਹ ਇੱਕ ਨਵੇਂ ਟ੍ਰੈਂਡ ਵੱਲ ਨੂੰ ਜਿਹੜਾ ਜੀ ਉਜਾਰਿਆ ਕਿ ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਉਕਤਾ ਰਹੇ ਜਾਪਦੇ ਨੇ ਜੀ। ਜੀ ਤੇ ਅੱਗੇ ਬੇਅਦਬੀ ਕਾਂਡ ਦੀ ਜੇ ਗੱਲ ਕਰੀਏ ਤਾਂ ਪੰਥਕ ਜਥੇਬੰਦੀਆਂ ਵੱਲੋਂ ਪੰਥਕ ਅਸੈਂਬਲੀ ਬਣਾਉਣ ਦਾ ਫੈਸਲਾ। ਬਿਲਕੁਲ ਜੀ, ਐਕਚੁਲੀ ਇਹ ਆਪਣੇ ਆਪ ਦੇ ਵਿੱਚ ਥੋੜੀ ਇੱਕ ਨਵੀਂ ਜਿਹੜੀ ਆ ਜੀ ਕੋਸ਼ਿਸ਼ ਸ਼ੁਰੂ ਹੋਈ ਆ। ਇੱਕ ਤਾਂ ਇਹ ਕਾਫੀ ਜਥੇਬੰਦੀਆਂ ਵਾਲੇ ਜਿਹੜੇ ਆ ਜੀ ਇਕੱਤਰ ਹੋਏ ਅੰਮ੍ਰਿਤਸਰ ਦੇ ਵਿੱਚ। ਇਹਨਾਂ ਨੇ ਇਹ ਜਿਹੜੀ ਦੀ ਗੱਲ ਆਖੀ ਕਿ ਜਿਹੜਾ ਬਰਗਾੜੀ ਦੇ ਵਿੱਚ ਧਰਨਾ ਲੱਗਿਆ ਹੋਇਆ ਉਹਦੀ ਉਹ ਹਮਾਇਤ ਸਾਰੇ ਦੇ ਸਾਰੇ ਕਰਦੇ ਆ ਜੀ, ਔਰ ਇਹ ਕਿਹਾ ਉਹਦੀ ਪੂਰੀ ਉਹ ਹਮਾਇਤ ਕਰਦੇ ਨੇ ਕਿ ਇਹ ਧਰਨਾ ਲੱਗੇ ਨੂੰ। ਦੂਜੀ ਗੱਲ ਉਹਨਾਂ ਨੇ ਕਹੀ ਕਿ 3 ਮਹੀਨੇ ਤੋਂ ਉੱਪਰ ਹੋ ਗਿਆ ਪਰ ਇਹ ਮੁਹਿੰਮ ਜਿੰਨੀ ਸਫਲ ਹੋਣੀ ਚਾਹੀਦੀ ਸੀ ਨਹੀਂ ਹੋਈ, ਇਹਦੇ ਕਰਕੇ ਕੁਛ ਹੋਰ ਹਮਲੇ ਮਾਰਨ ਦੀ ਜਿਹੜੀ ਜੀ ਗੱਲ ਇਹਨਾਂ ਨੇ ਆਖੀ ਆ। ਇਹ ਵੱਖ ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਇਹਨਾਂ ਨੇ ਜਿਹੜਾ ਫੈਸਲਾ ਇਹ ਲਿਆ ਕਿ ਇੱਕ ਪੰਥਕ ਅਸੈਂਬਲੀ ਜਿਹੜੀ ਆ ਜੀ ਉਹ ਸੱਦੀ ਜਾਊਗੀ। ਇਹ ਪੰਥਕ ਅਸੈਂਬਲੀ ਪੰਜਾਬ ਅਸੈਂਬਲੀ ਦੀ ਤਰਜ਼ ਦੇ ਉੱਤੇ ਹੋਊਗੀ। 117 ਇਹਦੇ ਮੈਂਬਰ ਜਿਹੜੇ ਆ ਜੀ ਹੋਣਗੇ। ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪਾਰਕ ਕੀਤੇ ਗਏ 5 ਪਿਆਰੇ ਇਹਦੇ ਵਿੱਚ ਸੀਗੇ ਜੀ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਅਕਾਲ ਪੁਰਖ ਦੀ ਫੌਜ ਜਥੇਬੰਦੀ ਦੇ ਜਸਵਿੰਦਰ ਸਿੰਘ, ਕੁਲਦੀਪ ਸਿੰਘ, ਸਿੰਘ ਬ੍ਰਦਰ, ਐਡਵੋਕੇਟ ਨਵਕਿਰਨ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ, ਕੁਲਵੰਤ ਕੌਰ ਜਿਹੜੇ ਜੀ ਇਹ ਸਾਰੇ ਦੇ ਸਾਰੇ ਸ਼ਾਮਿਲ ਸੀਗੇ। ਇਹਨਾਂ ਬੁਲਾਰਿਆਂ ਨੇ ਇਹ ਗੱਲ ਜਿਹੜੀ ਕਹੀ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਮਾਮਲਿਆਂ ਨੂੰ ਵਿਚਾਰਨ ਲਈ ਪੰਥਕ ਅਸੈਂਬਲੀ ਸੱਦਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਇਹਦਾ ਪਹਿਲਾ ਇਜਲਾਸ ਅੰਮ੍ਰਿਤਸਰ ਦੇ ਵਿੱਚ 20 ਤੇ 21 ਅਕਤੂਬਰ ਨੂੰ ਜਿਹੜਾ ਜੀ ਉਹ ਹੋਊਗਾ, ਜਿਹਦੇ ਵਿੱਚ ਬਰਗਾੜੀ ਤੇ ਬੇਅਦਬੀ ਮਾਮਲਿਆਂ ਤੇ ਮੌਜੂਦਾ ਸਥਿਤੀ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਸ ਪੰਥਕ ਅਸੈਂਬਲੀ ਦੇ ਵੱਲੋਂ ਮਾਮਲੇ ਨੂੰ ਵਿਚਾਰਨ ਤੋਂ ਬਾਅਦ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਲੋੜ ਮੁਤਾਬਕ ਲੋਕਾਂ ਤੇ ਸਰਕਾਰ ਦੇ ਕੋਲੇ ਜਿਹੜਾ ਜੀ ਉਹ ਰੱਖਿਆ ਜਾਊਗਾ। ਔਰ ਇਹ ਪੰਥਕ ਅਸੈਂਬਲੀ ਸਿੱਖਾਂ ਦੇ ਦਬਾਅ ਗਰੁੱਪ ਦੇ ਵਜੋਂ ਜਿਹੜਾ ਜੀ ਉਹ ਕੰਮ ਕਰੂਗੀ। ਇਹ ਵੀ ਕਿਹਾ ਗਿਆ ਜੀ ਕਿ ਪੰਥਕ ਅਸੈਂਬਲੀ ਦੇ ਵਾਸਤੇ ਇੱਕ ਜਥੇਬੰਦਕ ਕਮੇਟੀ ਬਣਾਈ ਗਈ ਆ, ਜਿਹਦੇ ਵਿੱਚ 10 ਮੈਂਬਰ ਸ਼ਾਮਿਲ ਜਿਹੜੇ ਆ ਜੀ ਉਹ ਕੀਤੇ ਗਏ ਆ। ਔਰ ਇਹਦੇ ਜਿਹੜੇ ਇਹ 117 ਮੈਂਬਰਾਂ ਨੂੰ ਨਾਮਜ਼ਦ ਜਿਹੜਾ ਜੀ ਉਹ ਕਰੂਗੀ। ਜਿਹੜੇ ਮੁਤਵਾਜ਼ੀ ਜਥੇਦਾਰ ਹੈ ਜਿਹੜੇ ਸਰਬੱਤ ਖਾਲਸਾ ਨੇ ਸੱਦੇ ਸੀਗੇ ਉਹ ਬਤੌਰ ਜਿਹੜਾ ਜੀ ਪੰਥਕ ਸਿੱਖ ਮੈਂਬਰ ਦੇ ਵਜੋਂ ਇਹਦੇ ਵਿੱਚ ਸ਼ਾਮਿਲ ਜਿਹੜਾ ਜੀ ਉਹ ਹੋ ਸਕਦੇ ਆ। ਇਹ ਥੋੜੀ ਨਵੇਕਲੀ ਜਿਹੜੀ ਜੀ ਇਹਨਾਂ ਜਥੇਬੰਦੀਆਂ ਦੀ ਕੋਸ਼ਿਸ਼ ਹੈ, ਬਾਕੀ ਦੇਖਦੇ ਆ ਅੱਗੋ ਜਿਹੜਾ ਜੀ ਹੁੰਗਾਰਾ ਇਹਨਾਂ ਨੂੰ ਕਿਹੋ ਜਿਹਾ ਮਿਲਦਾ ਔਰ ਕਿਹੋ ਜਿਹਾ ਫੈਸਲਾ ਜਿਹੜਾ ਜੀ ਉਹ ਲੈਂਦੇ ਆ, ਕਿਉਂਕਿ ਇਹਨਾਂ ਜਥੇਬੰਦੀਆਂ ਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਜੀ ਕਿਤੇ ਇਸ ਸਾਰੇ ਮਾਮਲੇ ਨੂੰ ਬੇਅਦਬੀ ਵਾਲੇ ਮਾਮਲੇ ਨੂੰ ਆਸੇ ਪਾਸੇ ਜਿਹੜੀ ਆ ਜੀ ਉਹ ਨਾ ਕਰ ਦੇਵੇ ਔਰ ਇਨਸਾਫ ਤੋਂ ਕਿਤੇ ਦੂਰ ਨਾ ਹੋ ਜਾਣ ਲੋਕ, ਜਿਹਦੀ ਚਰਚਾ ਇਸ ਵੇਲੇ ਦੁਨੀਆਂ ਭਰ ਦੇ ਵਿੱਚ ਜਿਹੜੀ ਜਿੱਥੇ ਜਿੱਥੇ ਭਾਈਚਾਰਾ ਬੈਠਾ ਉੱਥੇ ਉੱਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋ ਰਹੀ ਆ ਔਰ ਇਸ ਬੇਅਦਬੀ ਨੂੰ ਲੈ ਕੇ ਜਿਹੜੇ ਤਰੀਕੇ ਦੇ ਨਾਲ ਕਾਰਵਾਈ ਸਲੋ ਅੱਗੇ ਵੱਧ ਰਹੀ ਆ ਉਹਦਾ ਵੀ ਬਹੁਤ ਵੱਡਾ ਚਰਚਾ ਜਿਹੜਾ ਜੀ ਉਹ ਚੱਲ ਰਿਹਾ। ਔਰ ਇਹਨਾਂ ਜਥੇਬੰਦੀਆਂ ਨੂੰ ਲੱਗਦਾ ਕਿ ਜੇ ਇਹ ਚਰਚਾ ਠੰਡਾ ਪੈ ਗਿਆ ਤੇ ਮਾਮਲਾ ਕਿਤੇ 84 ਵਾਂਗੂ ਲਟਕ ਨਾ ਜਾਵੇ। ਬਿਲਕੁਲ ਜੀ, ਸਰਕਾਰ ਨੇ ਆਪਣੇ ਵੱਲੋਂ ਤੁਹਾਨੂੰ ਲਟਕਾ ਹੀ ਦਿੱਤਾ ਆ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਨੋਟਬੰਦੀ ਹੋਈ ਸੀਗੀ, ਮੋਦੀ ਨੇ ਅੱਛੇ ਦਿਨਾਂ ਦੀ ਗੱਲ ਕੀਤੀ ਸੀਗੀ, ਲੋਕਾਂ ਦਾ ਤਾਂ ਇੱਕ ਇੱਕ ਰੁਪਈਆ ਮਰ ਗਿਆ, ਤੇ ਪਰ ਜਿਹੜੇ ਅੱਛੇ ਦਿਨ ਸੀਗੇ ਉਹ ਮੋਦੀ ਦੇ ਆ ਗਏ। ਬਿਲਕੁਲ ਜੀ, ਅੱਛੇ ਦਿਨ ਕਿਸੇ ਨਾ ਕਿਸੇ ਦੇ ਤਾਂ ਜਿਹੜੇ ਵੀ ਉਹ ਆਉਣੇ ਸੀਗੇ ਤੁਸੀਂ ਕਹਿ ਲਓ, ਪਰ ਲੋਕਾਂ ਦੇ ਤਾਂ ਆਏ ਨੀ, ਲੋਕ ਤਾਂ ਅੱਜ ਵੀ ਜਿਹੜਾ ਵੀ ਉਹ ਕਹੀ ਜਾਂਦੇ ਆ। ਔਰ ਹੁਣ ਤਾਂ ਜਿਹੜੇ ਬੀਜੇਪੀ ਦੇ ਆਗੂ ਆ ਉਹ ਕਹਿੰਦੇ ਆ ਕਿ ਉਹ ਤਾਂ ਇੱਕ ਜੁਮਲਾ ਸੀਗਾ ਜੀ, ਚੋਣ ਜੁਮਲਾ ਸੀ, ਉਹ ਜੁਮਲਾ ਛੱਡ ਦਿੱਤਾ ਸੀਗਾ। ਕਿਸੇ ਦੇ ਆਏ ਜਾਂ ਨਹੀਂ, ਪ੍ਰਧਾਨ ਮੰਤਰੀ ਹੋਰਾਂ ਦੇ ਜਿਹੜੇ ਵੀ ਆਏ ਜਿਹਨਾਂ ਦੇ ਕੋਲੇ ਨਾ ਕੋਈ ਕੋਠੀ ਹੈ, ਨਾ ਕਾਰ ਹੈ, ਨਾ ਜ਼ਮੀਨ ਹੈ, ਨਾ ਸ਼ੋਰੂਮ ਹੈ, ਨਾ ਦੁਕਾਨ, ਫਿਰ ਵੀ ਉਹਨਾਂ ਦੀ ਜਾਇਦਾਦ ਦੇ ਵਿੱਚ ਪਿਛਲੇ 5 ਸਾਲਾਂ 'ਚ 56% ਵਾਧਾ ਹੋ ਗਿਆ। ਮੋਦੀ ਹੋਰਾਂ ਦੇ ਪਲਾਟ ਦੀ ਕੀਮਤ 5 ਸਾਲਾਂ ਤੋਂ ਮਗਰੋਂ ਵੀ ਨਹੀਂ ਵਧੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 2 ਦਿਨ ਪਹਿਲਾਂ ਜੋ ਪ੍ਰਧਾਨ ਮੰਤਰੀ ਦਫ਼ਤਰ ਦੇ ਕੋਲੇ ਸਾਲ 17-18 ਦੇ ਵਿੱਚ ਆਪਣੀ ਜਾਇਦਾਦ ਦੇ ਵੇਰਵੇ ਦਿੱਤੇ ਗਏ ਆ, ਉਹਨਾਂ ਦੇ ਵਿੱਚ ਇਹ ਤੱਥ ਜਿਹੜੇ ਆ ਜੀ ਉਭਰੇ ਆ। ਪ੍ਰਧਾਨ ਮੰਤਰੀ ਦੀ ਚੱਲ ਜਾਇਦਾਦ ਜਿਹੜੀ ਆ ਜੀ ਉਹਦੇ ਵਿੱਚ ਕਰੀਬ 120 ਗੁਣਾ ਵਾਧਾ ਹੋਇਆ। ਪ੍ਰਧਾਨ ਮੰਤਰੀ ਆਪਣੀ ਜਿਹੜੀ ਪਤਨੀ ਜਸ਼ੇਦਾ ਬੇਨ ਦੀ ਸੰਪੱਤੀ ਤੋਂ ਅਣਜਾਣ ਨੇ, ਉਹਨਾਂ ਨੂੰ ਨੀ ਪਤਾ ਉਹਦੀ ਸੰਪੱਤੀ ਕਿੰਨੀ ਆ। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਦੇ ਅਨੁਸਾਰ ਮੋਦੀ ਦੇ ਕੋਲੇ ਇਸ ਵੇਲੇ
2 ਕਰੋੜ 28 ਲੱਖ ਰੁਪਏ ਦੀ ਚੱਲ ਜਿਹੜੀ ਉਹ ਸੰਪਤੀ ਹੈ। ਸਾਲ 13-14 ਦੇ ਵਿੱਚ ਉਹਨਾਂ ਦੀ ਇਹ ਜਾਇਦਾਦ 1 ਕਰੋੜ 26 ਲੱਖ ਰੁਪਈਏ ਸੀਗੀ। 5 ਸਾਲਾਂ ਦੇ ਵਿੱਚ ਇਹ ਵਾਧਾ 56% ਹੈ। ਚੱਲ ਜਾਇਦਾਦ ਜਿਹੜੀ ਹੁਣ 1 ਕਰੋੜ 28 ਲੱਖ ਰੁਪਈਏ ਦੀ ਹੈ ਉਹ 5 ਵਰੇ ਪਹਿਲਾਂ 26,12,000 ਰੁਪਈਏ ਦੀ ਸੀ। ਇਹ ਵਾਧਾ 120% ਦਾ ਹੈ। ਅਚਲ ਸੰਪਤੀ ਜਿਹੜੀ ਹੈ ਜੀ ਉਹਦੇ ਵਿੱਚ ਮੋਦੀ ਹੋਰਾਂ ਦੇ ਕੋਲੇ ਗਾਂਧੀ ਨਗਰ ਦੇ ਵਿੱਚ 170 ਵਰਗ ਗਜ ਦਾ ਪਲਾਟ ਹੈ ਜਿਹੜਾ ਉਹਨਾਂ ਨੇ 25 ਅਕਤੂਬਰ 2002 ਨੂੰ ਖਰੀਦਿਆ ਸੀ। ਉਦੋਂ ਮੋਦੀ ਨੇ ਪਲਾਟ 1,30,000 ਰੁਪਏ ਚ ਖਰੀਦਿਆ ਸੀ ਜੀ। ਕੀਮਤ ਇਸ ਵੇਲੇ 1 ਕਰੋੜ ਰੁਪਈਏ ਦੀ ਆ। 5 ਸਾਲਾਂ ਦੇ ਵਿੱਚ ਮੋਦੀ ਦੇ ਪਲਾਟ ਦੀ ਕੀਮਤ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਔਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ ਹੋਏ ਸੀਗੇ ਜਦੋਂ ਉਦੋਂ ਉਹਨਾਂ ਦੇ ਕੋਲੇ 1 ਕਰੋੜ 26 ਲੱਖ ਰੁਪਈਏ ਦੀ ਜਾਇਦਾਦ ਸੀ। ਸਾਲ 14-15 ਦੇ ਵਿੱਚ ਇਹ ਜਾਇਦਾਦ 1 ਕਰੋੜ 41 ਲੱਖ ਰੁਪਈਏ ਦੀ, ਸਾਲ 15-16 ਦੇ ਵਿੱਚ 1 ਕਰੋੜ 73 ਲੱਖ ਰੁਪਈਏ ਦੀ, ਔਰ ਸਾਲ 16-17 ਦੇ ਵਿੱਚ ਇਹ ਵੱਧ ਕੇ 2 ਕਰੋੜ ਰੁਪਈਏ ਦੀ ਜਿਹੜੀ ਹੈ ਜੀ ਉਹ ਹੋ ਗਈ। ਭਾਵੇਂ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੇ ਕੋਲੇ ਧਨ ਦੌਲਤ ਇੰਨੀ ਵੱਡੀ ਨਹੀਂ, ਪਰ ਉਹਨਾਂ ਦੇ ਕੱਪੜੇ ਤੇ ਤੋਹਫੇ ਕਰੋੜਾਂ ਰੁਪਈਏ ਦੇ ਵਿੱਚ ਨਿਲਾਮ ਹੁੰਦੇ ਆ। ਔਰ ਮੋਦੀ ਦੇ ਕੋਲੇ ਇਸ ਵੇਲੇ 48,000 ਰੁਪਈਆ ਤਕਰੀਬਨ ਨਗਦ ਹੈ ਜੀ ਸਿਰਫ, ਔਰ 1,32,000 ਰੁਪਈਆ ਉਹਦੇ ਬੈਂਕ ਦੇ ਖਾਤੇ ਦੇ ਵਿੱਚ ਹੈ ਤੇ 45 ਗ੍ਰਾਮ ਉਹਨਾਂ ਦੇ ਕੋਲੇ ਸੋਨਾ ਹੈ, 4 ਮੁੰਦਰੀਆਂ ਨੇ, ਇਹਦੀ ਕੀਮਤ 1,38,000 ਰੁਪਈਏ ਹੈ। ਕਾਗਜ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਦੇ ਕੋਲੇ ਖੇਤੀਬਾੜੀ ਜਿਹੜੀ ਜ਼ਮੀਨ ਨਾ ਹੈਗੀ ਹੈ ਤੇ ਨਾ ਹੀ ਕੋਈ ਹੋਰ ਕਿਸੇ ਦੀ ਜਿਹੜੀ ਹੈ ਜ਼ਮੀਨ ਆ। ਇਹਦੇ ਚ ਸਭ ਤੋਂ ਇੰਟਰਸਟਿੰਗ ਤੱਥ ਜਿਹੜਾ ਜੀ ਉਹ ਹੈ ਕਿ ਨਰਿੰਦਰ ਮੋਦੀ ਪੂਰੀ ਮੁਲਕ ਦੇ ਕਾਲੇ ਧਨ ਤੋਂ ਪੂਰੇ ਤਰੀਕੇ ਦੇ ਨਾਲ ਜਾਣੂ ਨੇ, ਪਰ ਉਹਨਾਂ ਨੂੰ ਆਪਣੀ ਪਤਨੀ ਦੇ ਚਿੱਟੇ ਧਨ ਦਾ ਕੋਈ ਥੋ ਪਤਾ ਨਹੀਂ। ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ ਅਬਲਤੇਜ ਬੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ